ਉੱਤੋਂ ਸ਼ੋਕ ਲੱਗੂਗੀ ਨਾ ਜੰਗਾਲ ਨਾ ਟੁੱਟਣ ਭੱਜਣ ਦਾ ਕੋਈ ਚੱਕਰ ਜਿੰਨਾ ਚਿਰ ਆਪਣਾ ਮਕਾਨ ਰਹੂ ਠੀਕ ਹੈ ਫੁੱਲ ਗਰੰਟੀ ਆਪਣੀ ਟੁੱਟਣ ਭੱਜਣ ਦੀ 4 ਸਾਲ ਬਾਅਦ ਅਗਰ ਤੁਹਾਡੇ ਕਰਜ਼ੇ ਆ ਤੜਕ ਗਿਆ ਤੇ ਬਾਜੂ ਮੈਂ ਬਦਲ ਕੇ ਦਊਂ ਤਾਂ ਕਬਜ਼ੇ ਇਹਦੇ ਵਿੱਚ ਇੱਕ ਵਾਰਾਂ ਲੱਗ ਗਏ ਲਾਈਫ ਟਾਈਮ ਰਹਿਣਗੇ ਇੱਥੇ ਆਪਣੇ ਕੋਲ ਜਿੰਨੀ ਵੀ ਪਈ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਆ ਨੁੱਕਰਪੁਰ ਦੀ ਕਿ ਜਾਪਾਨੀ ਚਾਦਰ ਨਾਲੋਂ ਲੱਕੜ ਨਾਲੋਂ ਸਾਰਿਆਂ ਤੋਂ ਸਸਤੀ ਅਵੇਲੇਬਲ ਆ ਰੇਸੇ ਜਿਹੜੇ ਆ ਤੁਹਾਨੂੰ ਪ੍ਰੋਪਰ ਲੱਕੜ ਵਾਂਗੂ ਦਿਖਣਗੇ ਕਲਰ ਆਪਣੇ ਕੋਲ ਇੰਨੇ ਮਿਲ ਜਾਣਗੇ ਜਿਹੜੇ ਲੱਕੜ 'ਚ ਵੀ ਨਹੀਂ ਮਿਲਦੇ ਇੱਕ ਵਾਰ ਤੁਸੀਂ ਅਗਰ ਜੇ ਇਹਨੂੰ ਪੁਲਿਸ ਮਾਰਤੀ ਤੇ ਲਾਈਫ ਟਾਈਮ ਉਹ ਪੁਲਿਸ ਵੀ ਨਹੀਂ ਉਤਰਦੀ ਇਸ ਤੋਂ ਇਹਨੂੰ ਭਾਵੇਂ ਤੁਸੀਂ ਪਾਣੀ 'ਚ ਰੱਖ ਦਿਓ ਬਾਅਦ 'ਚ ਵਜ਼ਨ ਕਰ ਲਿਓ 1% ਜਾਂ 2% ਇਹਦਾ ਪਾਰ ਵਧੂਗਾ ਬਾਅਦ 'ਚ ਨਹੀਂ ਵਧੂਗਾ ਸਤਿ ਸ਼੍ਰੀ ਅਕਾਲ ਦੋਸਤੋ ਪੱਥਰ ਦੀਆਂ ਚੁਗਾਠਾਂ ਲਈ ਹੁਣ ਤੁਹਾਨੂੰ ਰਾਜਸਥਾਨ ਜਾਣ ਦੀ ਲੋੜ ਨਹੀਂ ਕਿਉਂਕਿ ਹੁਣ ਮਾਨਸਾ ਦੇ ਵਿੱਚ ਪੱਥਰ ਦੀਆਂ ਚੁਗਾਠਾਂ ਦੀ ਜਿਹੜੀ ਸ਼ਾਪ ਖੁੱਲ ਚੁੱਕੀ ਹੈ ਸਭ ਤੋਂ ਵੱਡੀ ਗੱਲ ਬਾਈ ਹੋਰਾਂ ਕੋਲ ਇੰਨੇ ਘਟੀਆ ਇੰਨੇ ਜਿਹੜੇ ਕਿ ਤੁਹਾਨੂੰ ਜੇ ਮਾਨਸਾ ਤੋਂ ਗੱਲ ਕਰੀਏ ਇਸ ਤੋਂ ਬਾਅਦ ਰਾਜਸਥਾਨ 'ਚ ਹੀ ਮਿਲਣੇ ਨੇ ਹੋਰ ਤੁਹਾਨੂੰ ਕਿਤੇ ਨਹੀਂ ਮਿਲਣੇ ਦੂਜੀ ਗੱਲ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਅਤੇ ਚੁਗਾਠਾਂ ਵੀ ਨੇ ਅਤੇ ਪੌੜੀਆਂ ਵੀ ਬਣਾਉਂਦੇ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਅਤੇ ਗੱਲਬਾਤ ਕਰਾਂਗੇ ਕੀ ਰੇਟ ਹੈ ਕੀ ਚੀਜ਼ਾਂ ਨੇ ਬਾਈ ਹੋਰਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਤੋਂ ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਆਪਣਾ ਨਾਮ ਅਤੇ ਆਪਣੀ ਸ਼ੌਪ ਦਾ ਨਾਮ ਆਪਾਂ ਖੜੇ ਕਿੱਥੇ ਹਾਂ ਜੀ ਜੀ ਮੇਰਾ ਨਾਮ ਜੀ ਪਵਨ ਸ਼ਰਮਾ ਹੈ ਆਪਾਂ ਮਾਨਸਾ ਕੈਂਚੀਆਂ ਤੇ ਸੁਨਾਮ ਵਾਲੀ ਰੋਡ ਤੇ ਮਨਸੁਖ ਢਾਬੇ ਦੇ ਨਾਲ ਖੜੇ ਹਾਂ ਠੀਕ ਹੈ ਜੀ ਸਾਡੀ ਫਰਮ ਦਾ ਨਾਮ ਹੈ ਜੈ ਮਾ ਸੰਤੋਸ਼ੀ ਸਟੋਨ ਮਾਨਸਾ ਜੀ ਤੇ ਕਿਹੜੇ ਕਿਹੜੀਆਂ ਆਪਣੇ ਕੋਲੇ ਜੇ ਕਹਿ ਦਈਏ ਵੀ ਚੁਗਾਠਾਂ ਮਿਲਦੀਆਂ ਨੇ ਜੀ ਆਪਣੇ ਕੋਲੇ ਫਿਲਹਾਲ 6-7 ਕੁਆਲਿਟੀ ਦੀ ਹੈ ਮਤਲਬ ਠੀਕ ਹੈ ਜੀ ਕੁਆਲਿਟੀ ਤੋਂ ਮੰਨ ਕੇ ਚਲੋ 3 ਹੀ ਸਮਝੋ ਪਰ ਕਲਰ ਆਪਣੇ ਕੋਲੇ ਇੰਨੇ ਮਿਲ ਜਾਣਗੇ ਜਿਹੜੇ ਲੱਕੜ 'ਚ ਵੀ ਨਹੀਂ ਮਿਲਦੇ ਠੀਕ ਹੈ ਜੀ ਸਾਰੇ ਮਿਲ ਜਾਣਗੇ ਠੀਕ ਹੈ ਜੀ ਤੇ ਇੱਕ ਵਾਰ ਦਿਖਾਈਏ ਬਾਈ ਜੀ ਆਪਾਂ ਨਾਲ ਇੱਕ ਆਪਾਂ ਪੌੜੀਆਂ ਵੀ ਦਿੰਨੇ ਆ ਜੀ ਜੀ ਪੌੜੀਆਂ ਅਸੀਂ ਬਣਾ ਕੇ ਦਿੰਨੇ ਆ ਅੱਡੇ ਸਟੈਪ ਬਣਾ ਕੇ ਦਿੰਨੇ ਆ ਠੀਕ ਆ ਉਹ ਸਟਰਕਚਰ ਹੋਣਾ ਚਾਹੀਦਾ ਜੀ ਜੀ ਠੀਕ ਹੈ ਕੰਨ ਦੇ ਵਿੱਚ ਦੱਬੀ ਜਾਊਗੀ ਉਹ ਨਾਲ ਦੇ ਨਾਲ ਠੀਕ ਹੈ ਮੁੜ ਕੇ ਹਿਲਣੀ ਨਹੀਂ ਹਿਲਣੀ ਨਹੀਂ ਮਤਲਬ ਠੀਕ ਹੈ ਜੀ ਆਓ ਦਿਖਾਉਂਦੇ ਆ ਫਿਰ ਆ ਜਾਓ ਬਾਈ ਜੀ ਹਾਂਜੀ ਬਾਈ ਜੀ ਹੁਣ ਗੱਲ ਕਰੀਏ ਚੁਗਾਠਾਂ ਪਈਆਂ ਇਹਨਾਂ ਬਾਰੇ ਆਪਾਂ ਜਾਣਕਾਰੀ ਦੇ ਦਈਏ ਤੇ ਇੱਕ ਰੇਟ ਦੀ ਜਾਣਕਾਰੀ ਜੀ ਜੀ ਬਾਈ ਜੀ ਆ ਜਿਹੜੀ ਚੁਗਾਠ ਤੁਹਾਡੇ ਸਾਹਮਣੇ ਹੈ ਜੀ ਅਸੀਂ ਆਪ ਇੱਥੇ ਤਿਆਰ ਕੀਤੀ ਹੈ ਠੀਕ ਹੈ ਜੀ ਮਤਲਬ ਇਹ ਨਹੀਂ ਕਿ ਆਪਾਂ ਕਿੱਥੋਂ ਬਣਾ ਕੇ ਲੈ ਕੇ ਆਏ ਆ ਜਾਂ ਪਿੱਛੋਂ ਬਣੀ ਬਣਾਈ ਮੰਗਾਈ ਹੈ ਇੱਥੇ ਆਪਣੇ ਕੋਲੇ ਜਿਹੜੇ ਪੱਥਰ ਪਏ ਆ ਸਤੀਰੀਆਂ ਵਾਂਗੂ ਆ ਉਹਨਾਂ ਦੇ ਵਿੱਚੋਂ ਗਾਹਕ ਆ ਕੇ ਸਿਲੈਕਟ ਕਰਦਾ ਹੈ ਕਿ ਵੀ ਸਾਨੂੰ ਆਹ ਕਲਰ ਚਾਹੀਦਾ ਆਹ ਚਾਹੀਦੀ ਹੈ ਉਹ ਹੀ ਆਪਾਂ ਉਹਨਾਂ ਦੇ ਸਾਹਮਣੇ ਤਿਆਰ ਕਰ ਦਿੰਦੇ ਹਾਂ ਠੀਕ ਹੈ ਜੀ ਤੇ ਇਹਨਾਂ ਦੇ ਆਹ ਕਲਰ ਆ ਵਾਈਟ 'ਚ ਪੈਂਦਾ ਥੋੜਾ ਜਿਹਾ ਠੀਕ ਹੈ ਜੀ ਤੇ ਇਹ ਦੇਖ ਲਓ ਨਾਲੇ ਆਹ ਅੱਡੋ ਅੱਡ ਕਲਰ ਹੈ ਜਿਹੜਾ ਤੁਹਾਡੇ ਕੋਲ ਜੇ ਲਾਈਏ 6-7 ਡਿਜ਼ਾਈਨ ਨੇ ਹਾਂਜੀ ਹਾਂਜੀ ਆਹ ਰੇਸੇ ਜਿਹੜੇ ਆ ਤੁਹਾਨੂੰ ਇੱਕ ਪ੍ਰੋਪਰ ਲੱਕੜ ਵਾਂਗੂ ਦਿਖਣਗੇ ਮਤਲਬ ਠੀਕ ਹੈ ਜੀ ਕੋਈ ਐ ਨਹੀਂ ਕਹਿ ਸਕਦਾ ਵੀ ਪੱਥਰ ਹੈ ਮਤਲਬ ਪੇਂਟ ਪੂੰਟ ਕਰਾਉਣ ਦੀ ਲੋੜ ਨਹੀਂ ਨਾ ਨਾ ਬਿਲਕੁਲ ਨਹੀਂ ਜੀ ਠੀਕ ਹੈ ਇੱਕ ਵਾਰ ਤੁਸੀਂ ਅਗਰ ਜੇ ਇਹਨੂੰ ਪੁਲਿਸ ਮਾਰਤੀ ਤੇ ਲਾਈਫ ਟਾਈਮ ਉਹ ਪੁਲਿਸ ਵੀ ਨਹੀਂ ਉਤਰਦੀ ਇਸ ਤੋਂ ਠੀਕ ਹੈ ਜੀ ਔਰ ਫੁੱਲ ਚਮਕ ਹੈ ਦੀ ਅਬ ਜਿਵੇਂ ਮੰਨ ਕੇ ਚਲੀਏ ਆ ਇੱਕ ਵਾਰ ਇਹਦੇ ਉੱਤੇ ਆਪਾਂ ਪੁਲਿਸ ਦਾ ਥੋੜਾ ਜਿਹਾ ਬਰਸ ਮਰਵਾਇਆ ਸੀ ਠੀਕ ਹੈ ਜੀ ਕੋਈ ਐ ਨਹੀਂ ਕਹਿ ਸਕਦਾ ਵੀ ਪੱਥਰ ਹੈ ਇਹਦੇ ਪਾਲਿਸ਼ ਵੱਜੇ ਤਾਂ ਬਿਲਕੁਲ ਐ ਲੱਗਦਾ ਲੱਕੜ ਆ ਹਾਂਜੀ ਹਾਂਜੀ ਔਰ ਇਹਦੇ ਪਿੱਛੇ ਦੀ ਸਾਈਡ ਦੇਖੋ ਹੁਣ ਦੇਖੋ ਦੋਸਤੋ ਆ ਨੌਨ ਪੁਲਿਸ ਵਾਲੇ ਆ ਠੀਕ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਉਹਨਾਂ ਨੇ ਪਾਲਿਸ਼ ਮਾਰ ਕੇ ਰੱਖਿਆ ਹੋਇਆ ਬਿਲਕੁਲ ਲੱਕੜ ਦਾ ਡਿਜ਼ਾਈਨ ਬਣ ਗਿਆ ਪਰ ਜਿਹਨੂੰ ਹੋਰ ਗੂੜਾ ਮਾਰਾਂਗੇ ਜਾਂ ਜਮੀ ਪਤਾ ਹੀ ਨਹੀਂ ਲੱਗਣਾ ਹਾਂਜੀ ਆ ਕਲੀਅਰ ਪਾਲਿਸ਼ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਹਾਂਜੀ ਬਾਈ ਜੇ ਗੱਲ ਕਰੀਏ ਬਾਈ ਇਹਨਾਂ ਦੇ ਰੇਟ ਦੀ ਗੱਲ ਕਰੀਏ ਵੀ ਜਿਵੇਂ ਡਿਜ਼ਾਈਨ ਨੇ ਆਪਣੇ ਕੋਲੇ ਅਲੱਗ-ਅਲੱਗ ਜੀ ਜੀ ਰੇਟ ਦਾ ਕਿੰਨਾ ਕੁ ਫਰਕ ਹੈ ਰੇਟ ਦਾ ਬਾਈ ਜੀ ਜਿਹੜਾ ਆਪਾਂ ਸਾਰੇ ਰੇਟ ਹੈ ਇੱਕੋ ਜਿਹੇ ਇਹਨਾਂ ਦੇ ਠੀਕ ਹੈ ਇਹਨੂੰ ਛੱਡ ਕੇ ਠੀਕ ਹੈ ਜੀ ਆ 5 ਰੁਪਏ ਮਹਿੰਗਾ ਹੈ ਆ 115 ਰੁਪਏ ਫਿਟ ਤੁਹਾਨੂੰ ਮੈਂ ਦੇਵਾਂਗਾ ਵਿਦ ਫਿਟਿੰਗ ਆਪਣੀ ਵਿਦ ਫਿਟਿੰਗ ਜੀ ਜੀ ਫਿਟਿੰਗ ਅਸੀਂ ਆਪਣੇ ਬੰਦੇ ਕੋਲੋਂ ਕਰਾਂਗੇ ਅੱਛਾ ਮਿਸਤਰੀ ਵੀ ਤੁਹਾਡਾ ਹੋਊਗਾ ਜੀ ਜੀ ਰਾਸਤਾ ਨੂੰ ਬੁਲਾਵਾਂਗੇ ਸਪੈਸ਼ਲ ਫਿਟਿੰਗ ਕਰਨ ਵਾਸਤੇ ਠੀਕ ਹੈ ਜੀ ਐ ਨਹੀਂ ਕਿ ਵੀ ਆਪਾਂ ਆਪ ਜਾ ਕੇ ਫਿਟ ਕਰਤੀ ਉਹ ਮਿਸਤਰੀ ਕਰਕੇ ਜਾਊਗਾ ਪ੍ਰੋਪਰ ਫਿਟਿੰਗ ਹੋਊਗੀ ਉਹਦੇ ਵਿੱਚ ਕੀ ਹੈ ਜਿਹੜਾ ਆਪਾਂ ਕਾਰਪੈਂਟਰ ਆਉਂਦਾ ਕਈ ਵਾਰ ਕੀ ਹੈ ਬੰਦਾ ਆਪਣੇ ਆਪ ਲਾ ਲੈਂਦਾ ਐ ਸੋਚਦਾ ਵੀ ਚਲੋ ਯਾਰ ਲਾ ਲਈਏ ਇੱਕ ਚੁਗਾਠ ਦੋ ਚੁਗਾਠ ਜਿਵੇਂ ਇੱਕ ਦੋ ਤੋਂ ਚਲੋ ਅਸੀਂ ਆਪ ਜਾ ਕੇ ਲਾ ਦੇਵਾਂਗੇ ਅਗਰ ਜਿਵੇਂ ਮੈਨੂੰ ਪੂਰੇ ਘਰ ਦੀ ਚੁਗਾਠ ਆਪਾਂ ਲਾਉਣੀ ਹੋਈ ਤੇ ਆਪਾਂ ਬਾਹਰੋਂ ਸੱਦਾਂਗੇ ਮਿਸਤਰੀ ਉਹਦਾ ਆਹੀ ਕੰਮ ਹੁੰਦਾ ਕਿ ਆਪਾਂ ਫਿੱਟ ਕਰਕੇ ਆਈਏ ਕਿਉਂਕਿ ਪ੍ਰੋਪਰ ਅਸਲ ਨਾ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਕੀਤੀਆਂ ਨੇ ਜੀ ਉਦੋਂ ਲੋਕਾਂ ਦੇ ਬਹੁਤ ਮੈਸੇਜ ਆਏ ਬਈ ਇਹ ਟਾਈਮ ਪਾ ਕੇ ਕਬਜ਼ੇ ਖਰਾਬ ਹੋ ਜਾਂਦੇ ਆ ਬਈ ਕੁੰਡਾ ਖਰਾਬ ਹੋ ਜਾਂਦਾ ਉੱਥੋਂ ਜੀ ਉਹ ਗੱਲ ਤੁਹਾਡੀ ਸਹੀ ਹੈ ਜੀ ਉਹ ਇੱਕ ਲਾਲ ਪੱਥਰ ਆਉਂਦਾ ਜਿਹੜਾ ਉਹਦਾ ਦਾਣਾ ਜੀ ਮੋਟਾ ਹੁੰਦਾ ਠੀਕ ਹੈ ਤੇ ਉਹ ਕੀ ਹੈ ਥੋੜੇ ਚਿਰ ਬਾਅਦ ਹਿੱਲਣ ਡੁੱਲਣ ਲੱਗ ਜਾਂਦਾ ਮਤਲਬ ਕਬਜ਼ੇ ਕੁਬਜ਼ੇ ਹਿੱਲ ਜਾਂਦੇ ਆ ਉਹ ਠੀਕ ਹੈ ਔਰ ਅਗਰ ਆਪਾਂ ਇਹਨੂੰ ਸਲ ਮਾਰ ਕੇ ਗਿੱਟੀ ਨੂੰ ਐਰਲਡਾਈਟ ਨਾਲ ਲਾ ਕੇ ਇਹਦੇ ਵਿੱਚ ਫਿੱਟ ਕਰ ਦਈਏ ਮਤਲਬ ਜੇ ਤੁਹਾਡੇ ਹਿਸਾਬ ਨਾਲ ਫਿਟਿੰਗ ਕਰਾਉਣੇ ਆ ਤਾਂ ਇਹਦੀ ਕਿੰਨੀ ਕੁ ਲਾਈਫ ਆ ਇਹਦੀ ਲਾਈਫ ਜੀ ਮੰਨ ਕੇ ਚੱਲੋ ਜਿੰਨਾ ਚਿਰ ਆਪਣਾ ਮਕਾਨ ਰਹੂ ਠੀਕ ਹੈ ਫੁੱਲ ਗਰੰਟੀ ਆਪਣੀ ਟੁੱਟਣ ਭੱਜਣ ਦੀ 4 ਸਾਲ ਬਾਅਦ ਅਗਰ ਤੁਹਾਡੇ ਕਰਜ਼ੇ ਆ ਤੜਕ ਗਿਆ ਤੇ ਬਾਜੂ ਮੈਂ ਬਦਲ ਕੇ ਦਊਂ ਤੁਹਾਨੂੰ ਠੀਕ ਹੈ ਹਾਂ ਖਾਲੀ ਕੋਲ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ ਉਸ ਤੋਂ ਅੱਗੇ ਦੀ ਮਤਲਬ ਜੇ ਕੁਝ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਪਰ ਫਿਟਿੰਗ ਤੁਹਾਡੇ ਤੋਂ ਹਾਂਜੀ 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 ਇੱਕ ਚੀਜ਼ ਹੋਰ ਆਪਾਂ ਜਦੋਂ ਵੀ ਦੇ
ਜਮਾ ਔਰ ਸਪਾਈ ਦਾ ਗੁਣੀਆਂ ਚ ਕੀਤਾ ਹੋਇਆ ਹਾਂ ਬਿਲਕੁਲ ਸਪਾਈ ਦੀ ਫੁੱਲ ਜ਼ਿੰਮੇਵਾਰੀ ਹੈ ਇੰਨੀ ਸਪਾਈ ਜਿਹੜੀ ਆਪਾਂ ਪਿੱਛੋਂ ਬਣੀ ਬਣਾਈ ਲੈ ਕੇ ਆਵਾਂਗੇ ਰਾਸਤਾ ਨੂੰ ਕਈ ਵਾਰਾਂ ਲਿਆ ਕੇ ਆਪਾਂ ਵੇਚ ਲੈਂਦੇ ਉਹਦਾ ਰਾਜ ਕਿਸੇ ਨਾ ਕਿਤੇ ਖਰਾਬ ਹੋਣੇ ਅਸਲ 'ਚ ਕੀ ਹੈ ਗੱਡੀ 'ਚ ਵੀ ਆ ਟੁੱਟਣ ਦਾ ਚੱਕਰ ਰਹਿੰਦਾ ਦੂਜੀ ਗੱਲ ਉਹਨਾਂ ਨੇ ਦੇਣਾ ਹੁੰਦਾ ਕਿ ਬਈ ਆਹ ਪਿਤਾਮ ਕਿੱਥੇ ਘੱਟ ਵੱਧ ਉਹ ਚੀਜ਼ ਨਹੀਂ ਹੈ ਕਿਉਂਕਿ ਲੱਕੜ ਲਾਉਣ ਦੇ ਵੇਲੇ ਆਪਾਂ ਇੰਨਾ ਮਹਿੰਗਾ ਦਰਵਾਜ਼ਾ ਇਸ 'ਤੇ ਲਾਉਂਦੇ ਹਾਂ ਅਤੇ ਉਹ ਫਿਰ ਮਜ਼ਾ ਨਹੀਂ ਆਉਂਦਾ ਕਿ ਉਹ ਮਹਿੰਗੀ ਚੀਜ਼ ਆਪਾਂ ਇੱਥੇ ਲਾਈਏ ਫਿਰ ਸਵਾਦ ਜਿਹਾ ਨਹੀਂ ਆਉਂਦਾ ਬੰਦੇ ਨੂੰ ਲਾ ਕੇ ਵੀ ਆਪਾਂ ਕੀ ਬਣਾ ਤਾ ਅਤੇ ਬਈ ਸਾਈਜ਼ 'ਚ ਜਿਹੜਾ ਮਰਜ਼ੀ ਤੁਹਾਨੂੰ ਜਿਹੜਾ ਮਰਜ਼ੀ ਜੀ ਸਾਡੇ ਕੋਲ 12 ਫੁੱਟ ਤੱਕਰ ਦੀ ਚੁਗਾਟ ਦੇ ਰਹੇ ਤੁਹਾਨੂੰ ਠੀਕ ਹੈ ਜੀ ਅਤੇ ਇੱਕ ਵਾਰ ਆਪਾਂ ਇਹ ਵੀ ਦਿਖਾ ਦਈਏ ਵੀ ਬਣੀਆਂ ਕਿਵੇਂ ਲੱਗਦੀਆਂ ਨੇ ਤਿਆਰ ਕੀਤਾ ਬਾਹਰ ਖੜਾ ਆਟੋ ਇਹਦੇ ਲੋਡ ਹੋਊਗੀ ਕਿਸੇ ਦਾ ਆਰਡਰ ਹੈ ਬਾਈ ਜੀ ਆ ਠੀਕ ਹੈ ਜੀ ਇਹ ਖਿੜਕੀਆਂ ਆ ਗਈਆਂ ਹਨ ਹਾਂ ਹਾਂ ਤੇ ਇਹ ਡੋਰ ਆ ਗਿਆ ਇਹ ਡੋਰ ਆ ਗਿਆ ਉੱਪਰ ਜਿਵੇਂ ਆਪਣਾ ਉੱਪਰ ਆ ਰੋਸ਼ਨਦਾਨ ਬਣੇ ਹੋਏ ਆ ਹਾਂ ਤੇ ਆ ਏਸੀ ਕੂਲਰ ਵਾਲੇ ਥਾਂ ਮਤਲਬ ਰੱਖੇ ਹੋਏ ਆ ਬਿਲਕੁਲ ਜੀ ਬਿਲਕੁਲ ਦੂਜੀ ਗੱਲ ਇਹ ਵੀ ਆ ਵੀ ਇੰਨੀ ਕੁ ਮਜ਼ਬੂਤ ਆ ਚਾਹੇ ਆਪਾਂ ਇਹਦੇ ਕਿੰਨਾ ਮਰਜ਼ੀ ਭਰ ਜਾਈਏ ਇਹਨੂੰ ਕੁਝ ਹੋਣਾ ਹੀ ਨਹੀਂ ਕੁਝ ਨਹੀਂ ਹੁੰਦਾ ਜੀ ਤੇ ਇਹ ਬਈ ਆ 10 ਇੰਚ 'ਚ ਹੈ ਕਿਆ ਬਾਤ ਇਹਦਾ ਰੇਟ ਬਾਈ ਜੀ ਡਬਲ ਹੋ ਜਾਂਦਾ 5 ਇੰਚੀ ਤੋਂ ਅੱਛਾ 10 ਇੰਚੀ 'ਚ ਡਬਲ ਹੋ ਜਾਂਦਾ ਉਹਦਾ ਕਾਰਨ ਬਾਈ ਜੀ ਹੈ ਮਤਲਬ ਮੋਟਾ ਹੋ ਗਿਆ ਨਾ ਪੱਥਰ ਠੀਕ ਆ 10 ਇੰਚ ਹੋ ਗਈ ਅੱਛਾ ਇਹ 10 ਇੰਚੀ ਹਾਂਜੀ ਹਾਂਜੀ ਠੀਕ ਆ ਮੇਨ ਡੋਰਾਂ 'ਚ ਆਹੀ ਲੱਗਦੀ ਹੈ ਮਤਲਬ ਠੀਕ ਅੱਜ ਕੱਲ੍ਹ ਤੋਂ ਕੀ ਹੈ ਜ਼ਿਆਦਾਤਰ ਆ 10 ਵਾਲੀ ਚੱਲ ਰਹੀ ਹੈ ਫਿਲਹਾਲ ਜੀ ਤੇ ਬਈ ਇਹ ਜੇ ਗੱਲ ਕਰੀਏ ਹੁਣ ਆਪਾਂ 110 ਰੁਪਏ ਤੇ 115 ਰੁਪਏ ਦੋ ਰੇਟ ਦੱਸੇ ਸੀਗੇ 115 ਜਿਹੜਾ ਉਹ ਆ ਕਲਰ ਹੈ ਲਾਲ ਜੀ ਤੇ ਇਹਦਾ ਰੇਟ ਬਈ ਸੇਮ ਹੀ ਹੈ ਜੀ ਇਹਦਾ ਡਬਲ ਹੋ ਜੂਗਾ ਮਤਲਬ ਬਾਹੂ ਡਬਲ ਹੋ ਜੂਗਾ ਡਬਲ ਹੋ ਜੂਗਾ ਜਿਹੜੇ ਤੇ ਇੱਧਰ ਮੈਂ ਦੇਖ ਰਿਹਾ ਬਈ ਆਪਣਾ ਹਨਾ ਸਾਰਾ ਕੰਮ ਇੱਥੇ ਹੋਇਆ ਹੋਇਆ ਹਾਂਜੀ ਹਾਂਜੀ ਇਹ ਸਾਰੇ ਪੀਸ ਕੱਟ ਕੇ ਆਪਾਂ ਰੱਖੇ ਹੋਏ ਨੇ ਪਹਿਲੇ ਹਾਂ ਹਾਂ ਮਤਲਬ ਜਿਵੇਂ ਜਿਵੇਂ ਜ਼ਰੂਰਤ ਆਪਾਂ ਨੂੰ ਪੈਂਦੀ ਹੈ ਕਸਟਮਰ ਨੂੰ 10 ਮਿੰਟ ਵਾ ਕੇ ਨਾਲ ਦੀ ਨਾਲ ਤਿਆਰ ਕਰਕੇ ਦੇ ਦਿੰਦੇ ਆ ਠੀਕ ਹੈ ਜੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨੀ ਸਪਾਈ ਨਾਲ ਕੰਮ ਹੋਇਆ ਹੋਇਆ ਇੱਕ ਸਭ ਤੋਂ ਵੱਡੀ ਗੱਲ ਕੀ ਹੈ ਬਾਈ ਹੋਰੀ ਕਹਿੰਦੇ ਨੇ ਨਾ ਵੀ ਜਿੰਨੇ ਵੀ ਕੰਮ ਹੋ ਰਹੇ ਨੇ ਵੀ ਉਹ ਸਾਰੇ ਇੱਕ ਥਾਂ ਤੋਂ ਪੱਥਰ ਲੈ ਕੇ ਆਉਂਦੇ ਆ ਜੀ ਜੀ ਪਰ ਅਸੀਂ ਸਪੈਸ਼ਲ ਖਦਾਨਾ ਖਦਾਨ ਚੋਂ ਨਿਕਲਵਾਉਂਦੇ ਆ ਸੀ ਠੀਕ ਹੈ 2-4 ਦਿਨ ਲੱਗ ਜਾਂਦੇ ਆ ਪਰ ਬਾਕੀ ਕੁਆਲਿਟੀ ਜਿਹੜੀ ਆਊਗੀ ਨਾ ਐਂ ਲੱਗੂਗੀ ਬਈ ਜੈਨੂਇਨ ਕੁਆਲਿਟੀ ਹੈ ਮਤਲਬ ਵਧੀਆ ਖਾਣ ਦਾ ਪੱਥਰ ਹੈ ਠੀਕ ਹੈ ਜੀ ਤੇ ਹੋਰ ਇਹਦੇ ਬਈ ਕੀ ਕੀ ਫਾਇਦੇ ਹੁੰਦੇ ਨੇ ਜਿਵੇਂ ਇੱਕ ਤਾਂ ਹੁਣ ਸਿਉਂਕ ਵਾਲੀ ਗੱਲ ਤਾਂ ਖਤਮ ਹੀ ਹੋਗੀ ਇੱਕ ਜੰਗਾਲ ਨਹੀਂ ਪੈਂਦਾ ਅਬ ਇੱਕ ਚੀਜ਼ ਹੋਰ ਹੈ ਸਭ ਤੋਂ ਵੱਡੀ ਗੱਲ ਜੀ ਆ ਪੱਥਰ ਸਾਡਾ ਪਾਣੀ ਨਹੀਂ ਪੀਂਦਾ 2% ਪਾਣੀ ਪੀਂਦਾ ਠੀਕ ਹੈ ਹਾਂ ਔਰ ਜਿਹੜੇ ਮੋਟੇ ਦਾਣੇ ਦੇ ਪੱਥਰ ਹੁੰਦੇ ਆ ਉਹਨਾਂ ਨੂੰ ਪਾਣੀ 'ਚ ਸੁੱਟੋ ਬੁਲਬਲੇ 'ਚ ਨਿਕਲਦੇ ਆ ਠੀਕ ਹੈ ਇਹਨੂੰ ਭਾਵੇਂ ਤੁਸੀਂ ਪਾਣੀ 'ਚ ਰੱਖ ਦਿਓ ਬਾਅਦ 'ਚ ਵਜ਼ਨ ਕਰ ਲਿਓ 1% ਜਾਂ 2% ਇਹਦਾ ਪਾਰ ਵਧੂਗਾ ਬਾਅਦ 'ਚ ਨਹੀਂ ਵਧੂਗਾ ਉਦੋਂ ਬਾਅਦ ਨਹੀਂ ਉਹ ਇਸ ਚੀਜ਼ ਦਾ ਸਾਨੂੰ ਕਿਵੇਂ ਪਤਾ ਚੱਲਿਆ ਵੀ ਇੱਕ ਚੰਡੀਗੜ੍ਹ ਕੁਆਲਿਟੀ ਨੂੰ ਅਸੀਂ ਦਿੱਤਾ ਸੀ ਆਰਕੀਟੈਕਟ ਕਹਿੰਦਾ ਬਈ ਚਲੋ ਲਾ ਤੋ ਦੇਵਾਂਗੇ ਦੇਖਾਂਗੇ ਪਾਣੀ ਪੀਂਦਾ ਠੀਕ ਹੈ ਜੀ ਉਹਨੂੰ ਪਹਿਲੇ ਇੱਕ ਫਿੱਟ ਦਾ ਟੋਟਾ ਵਜ਼ਨ ਕੀਤਾ ਫਿਰ ਰਾਤ ਨੂੰ ਪਾਣੀ 'ਚ ਰੱਖਤਾ ਸਵੇਰੇ ਦੇਖਿਆ ਹਾਂ ਸਵੇਰੇ ਦੇਖਿਆ ਉਹ 10-15 ਗ੍ਰਾਮ ਪਾਣੀ ਉਹਦਾ ਪਾਰ ਵਧਿਆ 10 ਗ੍ਰਾਮ ਦੇ ਲਗਭਗ ਠੀਕ ਹੈ ਜੀ ਅਤੇ ਉਹ ਕਹਿੰਦਾ ਬਈ ਲਵਾਓ ਬਿਲਕੁਲ ਜੀ ਬਿਲਕੁਲ ਪਾਣੀ ਨਹੀਂ ਪੀਂਦਾ ਜੀ ਮੇਨ ਚੀਜ਼ ਆ ਜੀ ਇਹ ਬਾਈ ਛੋਟੇ ਪੀਸ ਆ ਜਾਂਦੇ ਜਿਹੜੇ ਇਹ ਰੋਸ਼ਨਦਾਨ ਜੀ ਬਣਦੇ ਨਾ ਆਪਣੇ ਕਿਚਨਾਂ 'ਚ ਜਿਵੇਂ ਉੱਪਰ ਵਾਲੇ ਠੀਕ ਹੈ ਜੀ ਅੱਛਾ ਇਹ ਉੱਥੇ ਫਿੱਟ ਹੋ ਜਾਂਦੇ ਨੇ ਬਾਈ ਜੀ ਉੱਧਰ ਹੋਈ ਚਗਾਠਾਂ ਦੀ ਗੱਲ ਜੀ ਉਹਦੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੁਣ ਗੱਲ ਆ ਗਈ ਪੌੜੀ ਵਾਲੀ ਜੀ ਜੀ ਇਹਦੇ ਬਾਰੇ ਵੀ ਆਪਾਂ ਨੂੰ ਸਾਰੀ ਜਾਣਕਾਰੀ ਦਿਓ ਕੀ ਰੇਟ ਪੈਂਦੀ ਹੈ ਆ ਰੇਟ ਇਹਦਾ 1350 ਦਾ ਆਪਾਂ ਅੱਡਾ ਦੇਵਾਂਗੇ ਇਹਦੇ ਵਿੱਚ ਦੋ ਪੱਥਰ ਆਉਣਗੇ ਠੀਕ ਹੈ ਇੱਕ ਤਾਂ ਸਟੈਪ ਆ ਗਿਆ ਇੱਕ ਇਹਦੇ ਸਾਹਮਣੇ ਵਾਲਾ ਵੀ ਆਊਗਾ ਠੀਕ ਹੈ ਅਤੇ ਨਾਲੇ ਆ 49 ਇੰਚ ਦੀ ਇਹਦੀ ਲੰਬਾਈ ਹੁੰਦੀ ਹੈ ਠੀਕ ਹੈ ਜੀ ਅਤੇ 9 ਇੰਚ ਆਪਣਾ ਕੰਧ ਦੇ ਵਿੱਚ ਦੱਬਿਆ ਜਾਊਗਾ ਬਾਕੀ 3.25 ਬਾਹਰ ਵੱਜ ਜੂਗੀ ਆਪਣੀ ਪੌੜੀ ਠੀਕ ਹੈ ਜੀ ਇੰਨਾ ਕੁ ਆਪਣਾ ਵਿੱਚ ਦੱਬਿਆ ਜਾਊਗਾ ਹਾਂਜੀ ਹਾਂਜੀ 9 ਇੰਚ ਅੰਦਰ ਜਾਊਗਾ ਬਾਕੀ 3.25 ਪੌੜੀ ਆਪਣੀ ਵੱਜ ਜੂਗੀ ਠੀਕ ਹੈ ਜੀ ਤੋ ਉਸ ਤੋਂ ਬਾਅਦ ਜਿਵੇਂ ਆਪਾਂ ਲੱਗ ਗਈਆਂ ਜਦੋਂ ਆਪਾਂ ਲਾਉਂਦੇ ਵੇਲੇ ਤਾਂ ਇਹਦੇ ਥੱਲੇ ਢੁੱਲੇ ਦੀ ਲੋੜ ਪੈਂਦੀ ਹੈ ਠੀਕ ਹੈ ਮੰਨ ਕੇ ਚੱਲੋ ਕਿ ਸਟੈਪ ਤੇ ਸਟੈਪ ਚੜ੍ਹ ਕੇ ਲਾਉਣਾ ਪੈਂਦਾ ਖੜਾਉਣਾ ਪੈਂਦਾ ਜਦੋਂ ਔਰ 4 ਦਿਨ ਬਾਅਦ ਆਪਾਂ ਟੁੱਲਾ ਕੱਢ ਲਓ ਜਿਵੇਂ ਵਰਤੀ ਚਲੋ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਹਾਂਜੀ ਇੱਕ ਦਾ ਸਟੈਪ ਦਾ ਵਜ਼ਨ ਹੋਊਗਾ ਘੱਟੋ ਘੱਟ 70-75 ਕਿਲੋ ਠੀਕ ਹੈ ਕਈ ਵਾਰ ਬੰਦੇ ਦੇ ਦਿਮਾਗ 'ਚ ਐਂ ਰਹਿੰਦਾ ਕਿ ਯਾਰ ਐਂ ਸਿੱਧਾ ਲਾਇਆ ਟੁੱਟ ਜੂਗਾ ਹਾਂਜੀ ਫੁੱਲ ਗਰੰਟੀ ਹੈ ਉੱਪਰ ਨੱਚੀ ਟੱਪੀ ਚਲੋ ਕੋਈ ਦਿੱਕਤ ਨਹੀਂ ਚਾਹੇ ਕੁਛ ਮਰਜ਼ੀ ਚੱਕੀ ਫਿਰ ਭਾਰ ਲੈ ਕੇ ਹਾਂਜੀ ਹਾਂਜੀ ਠੀਕ ਹੈ ਇੱਕ ਪੀਸ ਦਾ ਰੇਟ ਕਿੰਨਾ ਦੱਸਿਆ ਸੀਗਾ 1350 ਦੋ ਪੀਸ ਹੋਣਗੇ ਇੱਕ ਆਊਗਾ ਇੱਕ ਦੇ ਸਾਹਮਣੇ ਵੀ ਆਊਗਾ ਇੱਕ ਦੇ ਸਾਹਮਣੇ ਹਾਂ ਉਹ ਪਤਲਾ ਜਿਹਾ ਆਊਗਾ ਮਤਲਬ ਉਹ ਪਤਲਾ ਆਊਗਾ ਹਾਂਜੀ ਦੋਨੇ ਪੀਸਾਂ 1350 ਜੀ ਪਰ ਸਭ ਤੋਂ ਵੱਡੀ ਗੱਲ ਹੈ ਤੇ ਨਾ ਤਾਂ ਇਹ ਨਾ ਮਤਲਬ ਕੋਈ ਭੁਰਨਾ ਹੈ ਹਾਂਜੀ ਨਾ ਭੁਰਨ ਵਾਲਾ ਨਾ ਉਹੀ ਤੋਂ ਪੌੜੀਆਂ ਜਿਹੜੀ ਆ ਚੀਜ਼ ਹੈ ਨਾ ਜੀ ਆ ਇਹਦੀ 1 ਫੁੱਟ ਹੈ ਅਤੇ ਆਪਣਾ 11-1 ਇੰਚੀ ਬਣ ਜਾਂਦਾ ਅਗਰ ਕਸਟਮਰ ਨੂੰ ਥੋੜ੍ਹਾ ਹੋਰ ਵੱਡਾ ਚਾਹੀਦਾ ਹੈ ਤੇ ਉਹ ਵੀ ਆਪਾਂ ਐਡਜਸਟ ਕਰ ਦੇਵਾਂਗੇ ਕਿਉਂਕਿ ਆਪਾਂ ਨੂੰ ਵੇਸਟੇਜ ਇਹਦੇ ਵਿੱਚ ਵੱਢਣਾ ਹੀ ਪੈਂਦਾ ਥੋੜਾ ਬਹੁਤ ਠੀਕ ਹੈ ਸਾਈਡਾਂ ਤੋਂ ਪਰ ਉਹਦਾ ਜਿਹੇ ਜਿਹਾ ਚਾਹੀਦਾ ਉਹ ਆਪਾਂ ਉਹਦੇ ਮੁਤਾਬਕ ਦੇ ਦਾਂਗੇ ਜੀ 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 ਠੀਕ ਹੈ ਜੀ ਇੱਕ ਬਾਈ ਤੁਸੀਂ ਪ੍ਰੋਡਕਟ ਹੋਰ ਕਹਿੰਦੇ ਸੀਗੇ ਵੀ ਜੇ ਡੰਗਰਾਂ ਲਈ ਪਸ਼ੂਆਂ ਲਈ ਆਪਾਂ ਜੇ ਕਹਿੰਦੇ ਛਤੜਾ ਪਾਉਣਾ ਜੀ ਜੀ ਵੀ ਤੁਹਾਡੇ ਰਾਜਸਥਾਨ 'ਚ ਬਹੁਤ ਚੱਲਦਾ ਉਹ ਹਾਂ ਹਾਂ ਸਾਡੇ ਆਪਾਂ ਜਾਣਕਾਰੀ ਦੇਈਏ ਜੀ ਜੀ
गर्म नहीं होंगे वो मोटा पत्थर है गर्म नहीं होंगे इन्ना छेती ठीक है और सर्दियों से ठंडा भी नहीं होंगे ठीक है जी कई बार आप कह देंगे कि भी पत्थर सर्दी से ठंडा हो जाता है गर्मी से गर्म होंगे ये थले प्लस्तर कर दो लेंटर वाली फिलिंग आऊगी ठीक है जी एक चीज़ और उपर भावे जिन्हें मर्जी उत्ते मकान बनाई चलो वो भी दिक्कत नहीं कोई कोई दिक्कत नहीं टुटन भजन की ठीक है और अगर किसी को गाटर पा के लाने होने जिमें आ 6 फुट वाले पे है ठीक है जी बाजार से चलिया एक रेड पत्थर आता वो थोड़ा पतला होता 1.5 इंच मोटा ठीक है जी तो आ अपना होगा 3 इंच 3.5 इंच 4 इंच आ मतलब तोड़ के बनाया हुआ ठीक पूरा फिक्स नहीं मैं कह सकता भी 4 इंच ही आऊ एक साइड तू 3 आ गया एक साइड तू 3.5 भी हो सकता है ठीक है जी तो आ चीज़ है और कई बार कि आप खेतों की राखी वास्ते खंबे लाने अगर उस थां भी इन यूज आप कर सकते हैं क्योंकि कोई बड़ा महंगा है नहीं है ठीक है जी और यदि लाइफ है पानी से जिमें मर्जी खड़ा रहो एक बार तारा मंगाती हैं ये पिछले नहीं हो शौक का तो कोई चक्कर है नहीं पत्थर इस चीज़ का तो आप पहले भी गल कर चुके हैं ठीक है जी हिलना नहीं अब देखो भाई जी इधर वास्ते आ चीज़ बिल्कुल नवी है और साढ़े राजस्थान से कंधा भी यदि कड़िया हुई प्रोडक्ट अपने सारे गलबात हो गई पौड़ियां भी हो गई आपां छत पौनी भी हो गया चगाठां भी हो गई पर हुण जिहड़ा माल आउंदा इक थोड़ा जिहा भी किवें लिआउणे तुसीं उह तों किवें आपां बनाउणे अग्गे ते इक बनाउण दा भी आपां थोड़ा शॉर्ट लवांगे बनाउण दा भी दस्सांगे आपां आप जोधपुरों लेके आते हैं प्रोपर ठीक है जी उत्थे असी खाना च जाके पहले ब्लॉक देखते हैं जी वड्डे पत्थरां दे ब्लॉक होंदे आ मतलब 5-5, 4-4 टन दे जी उन्हां नूं आपां सिलेक्ट कर लैंदे भाई सानूं आ रेसा चाहिदा आ कलर चाहिदा ठीक है जी वह आपां उत्थों लोड करा के वड्डे कटर लगे हुए ठीक है जी ते उन्हां नाल साडा कॉन्टैक्ट हुंदा वह सानूं अपने हिसाब नाल वढ़ के दिंदे आ जिवें असी कहिंदे इस तरीके दा आ जांदा आपां उत्थों हाँ जी हाँ जी आप जिवें आ कट्ठे पए हैं ना जिवें आ थप्पी पई है आ ब्लॉक चों कढ़ी हुई है अब ये रेसे देखोगे ना तुसी जी जो थले वाले पत्थर दे होणगे ना बिल्कुल उस तरह ही मिल जाएंगे आप ठीक है जी अगे तुसी दोस्तों ये भी देख सकते हो कोई नहीं पूरे हुए मतलब उतों भी इतों बाद ना डिजाइन देना है क्योंकि आ जिहड़े आ ना संगलां सुंगलां नाल कई बार थोड़ा बहुत आ पूरे होंगे ठीक है आ असी वध मंगाया होंदा थोड़ा जिहा इधर वास्ते बिल्कुल नया है अपने मानसा जिले च नहीं है बठिंडे च भी नहीं है बिल्कुल मान के चलो पंजाब च किथे नहीं है फिलहाल और साढ़े वाली क्वालिटी तो मैं कह सकता दावे नाल कि आह चीज़ है नहीं बिल्कुल जी बिल्कुल तो आप तुसी देख सकते हो जी प्रॉपर मशीन नाल इह कट्टा जांदा है इत्थों सारा डिजाइन बन जाना जी जी ठीक है जी बहुत वधिया लगे तो बहुत वधिया काम शुरू किया है साढ़े एरिए नेड़े हो चीज़ जी अवेलेबल कराई है जी जी हुण सब तो वड्डा सवाल आ जांदा अखीर ते किन्ने दिनां च आपां डिलीवरी कर देने जी भाई जी डिलीवरी अब जिवें आपां नूं अज नक्शा तुसीं फड़ाओगे ठीक है जी ते आपां 3 दिनां च 3.5 दिन च दे देंदे हां ठीक है जी हां वैसे तो साडे कोल तैयार ही हुंदा मैं अपने वल्लों 1-1.5 दिन एक्स्ट्रा लैंदा बंदे तों ठीक है जे तुहाडा फिट करन वाला मुंडा जाऊगा तां फिर 1-2 दिन एक्स्ट्रा नहीं नहीं फिट करन वाला पाए हैं जिवें तुसीं चणाई स्टार्ट कर दिओ 7 फुट तक चणाई आ गई तो बाहर जिम्मे नक्शे से रखे हैं मिस्त्री छड़ता जाऊगा मन के चलो 1 इंच वध छड़ना आप 4 फुट का 4 फुट 1 इंच छड़ता 49 का छड़ समझा दोगे हां बस वो छड़ी चलो ठीक है उस तों बाद प्लस्तर तों पहले फोन कर दो 1-1.5 दिन से सारी पूरी कोठी की फिट करके उपर प्लस्तर स्टार्ट करा दो ठीक है जी और एक चीज़ ये आपको काबले लाने की कोई लोड़ नहीं है अच्छा काबले भी लाने सोचते हैं भी आप कंधे नाले नूं खड़ी किवें करांगे काबले कसने पैने हैं काबले कसे भी जा सकते हैं पर भाई जी की होंगे काबले वाले थां जंगाल पै जाता फिर वो फिर 2-4 साल बाद जंगाल जदों पैंदा उहनूं ते फुल जांदा इत्थे ते इहदे पिछले पासे आपां सीमेंट ला के तैनूं खड़ी कर दो प्रोपर चपेदा ने हाँ जी हाँ जी ठीक है भाई जी और असल च की आ पत्थर है सीमेंट नूं फड़ लैंदा पर डिगण दा कोई चक्कर नहीं सीमेंट ते पत्थर दा आपस मेल हुंदा आपस रुक जांदे ने ठीक है भाई जी तो भाई जी बहुत बहुत धन्यवाद तो दोस्तों जिहड़े भी मित्रां ने चगाठा लैणियां जां पौड़ियां भी दस्सियां भाई ने छत वाली भी दस्सिया तो भाई उन्हें कंटैक्ट कर सकदे हो तो डिलीवरी आल ओवर पंजाब हैगी 3-4 दिनों का भाई होरी समा लेंदे ने 3 दिनों के तुहाडे घर तक चगाठ जिहड़ी पहुँच जूगी सब तो वधिया गल की लगी भाई होरां कोल डिजाइन बहुत वधिया ने ਵੱਖਰਾ ਕੰਮ ਕੀਤਾ ਨਵਾਂ ਕੰਮ ਕੀਤਾ ਨਵੇਂ ਕੰਮ ਦੇ ਵਿੱਚ ਤੁਹਾਨੂੰ ਇੱਕ ਚੰਗੀ ਕੁਆਲਿਟੀ ਅਤੇ ਚੰਗੀ ਸਰਵਿਸ ਜ਼ਰੂਰ ਮਿਲ ਦੇਖਣ ਨੂੰ ਮਿਲੂਗੀ ਧੰਨਵਾਦ ਦੋਸਤੋ